ਸ਼ਾਮ ਨੂੰ ਇੱਥੇ ਬੈਠਾ ਹੋਇਆ। ਕਿੰਨੇ ਬਈਏ ਕਿੰਨੇ ਬਈਏ? ਉਮੀਦ ਹੈ ਸਭ ਬਾਈ ਠੀਕ ਠਾਕ ਹੋਗੇ, ਫਿਟ ਫਾਟ ਹੋਗੇ। ਜੋ ਦੋਸਤ ਚੈਨਲ ਤੇ ਨਹੀਂ ਆਏ ਚੈਨਲ ਨੂੰ ਸਬਸਕ੍ਰਾਈਬ ਕਰੇ ਦੋਸਤੋ। ਅੱਜ ਦੀ ਅਪਡੇਟ ਇਹ ਮੋਢੇ ਤੇ ਮੈਂ ਸੁੱਟੀ ਸ਼ਰਟ ਤੇ ਕਬੂਤਰਾਂ ਨੂੰ ਦੇ ਰਿਹਾ ਸੀ ਖੁਰਾਕ ਸ਼ਰਾਕ। ਧੁੱਪ ਬੜੀ ਕੜਾਕੇ ਦੀ ਬੜੀ ਕੜਾਕੇ ਦੀ ਧੁੱਪ ਲੱਗੀ ਦੋਸਤੋ। ਤੇ 11 ਵਜੇ ਦੀ ਪੂਰੇ 11 ਵਜੇ ਦੀ ਅਪਡੇਟ ਹੈ ਦੋਸਤੋ। ਊਂਟ ਕਬੂਤਰ ਸਾਹਮਣੇ ਆਇਆ ਹੋਇਆ ਤਾ ਔਰ ਬਾਕੀ 6 ਕਬੂਤਰ ਬੰਦ ਹੈ। ਊਂਟ ਕਬੂਤਰ ਸਾਹਮਣੇ 6 ਕਬੂਤਰ ਬੰਦ ਨੇ ਔਰ ਊਂਟ ਦੀ ਆਉਣ ਦੀ ਰੀਜ਼ਨ ਵੀ ਮੈਂ ਦੱਸਣਾ, ਕੀ ਰੀਜ਼ਨ ਹੈ, ਕਿਉਂ ਆਇਆ, ਕਿਸ ਤਰ੍ਹਾਂ ਆਇਆ, ਉਹਦੀ ਰੀਜ਼ਨ ਮੈਂ ਦੱਸਣਾ ਜਾਂ ਤੁਹਾਨੂੰ ਮੈਂ ਦੱਸ ਰਿਹਾ, ਤੁਹਾਨੂੰ ਪਾਪਾ ਦੱਸਣਗੇ। ਪਾਪਾ ਵਿੱਚ ਵੜ ਕੇ ਖੁਰਾਕ ਵੰਡ ਰਹੇ ਉਹਨਾਂ ਨੂੰ। ਪਾਪਾ ਤਾਂ ਜਿਹੜੇ ਬੱਚੇ ਬਾਲੋ ਕੁੜੀਆਂ ਚੀਜ਼ ਨਹੀਂ ਵੰਡੀ ਦੀ, ਉਹ ਦੇਖੋ ਖੁਰਾਕ ਵੀ ਵੰਡ ਰਹੇ ਨੇ। ਹਾਂਜੀ ਆਪਾਂ ਜੀ, ਅਸਲਾਮ ਵਾਲੇਕੁਮ ਜੀ, ਮੈਂ ਸ਼ਬਾਸ ਦਿਲਾ ਸੂਈ ਗਿਆ ਸਲਾ ਭਾਈ ਜਾਨ। ਅਪਡੇਟ ਹੈ ਵੀ ਊਂਟ ਆਇਆ ਸਾਹਮਣੇ ਆ ਕੇ ਫਿਰ ਚਮਕਾ ਦੇ ਵਿੱਚ ਚਲਾ ਗਿਆ ਤੇ ਮਾਸ਼ਾਅੱਲਾ ਉਹਦਾ ਟਾਈਮ ਨਹੀਂ, ਉਹਦਾ ਵੈਸੇ ਟਾਈਮ ਨਹੀਂ ਕਹਿੰਦਾ, ਲੇਕਿਨ ਆ ਕਿਉਂ ਗਿਆ? ਉਹਦੀ ਰੀਜ਼ਨ ਹੈ ਕਿ ਆਲੇ ਦੁਆਲੇ ਬੜੇ ਵੱਜੇ ਨੇ ਪੱਲੇ, ਠੀਕ ਹੈ ਨਾ। ਇਹ ਮੇਰਾ ਲੰਬੈਲ ਫੜਨਾ, ਮੈਂ ਦੱਸਣਾ, ਤੁਸੀਂ ਨਹੀਂ ਦੱਸਣਾ, ਮੈਂ ਦੱਸਣਾ ਦੋਸਤੋ। ਸਿਰਫ ਇਹ ਕਿਆ ਹੱਥ ਉਂਗਲੀ ਬਾਰੇ ਗੱਲ ਲਾ ਦੋਸਤੋ। ਵੀਡੀਓ ਭਾਵੇਂ ਜਿਸ ਤਰ੍ਹਾਂ ਦੀ ਆ ਰਹੀ ਹੈ, ਦੇਖਣਾ ਕੈਮਰਾਮੈਨ ਪਾਪਾ ਜੀ, ਆਲੇ ਦੁਆਲੇ ਵੱਜੇ ਜੇ ਪੱਲੇ ਨਾ, ਇਹ ਦੇਖਦੇ ਹਾਂ ਕਬੂਤਰਬਾਜ਼ੀ ਸਾਡੇ ਇਲਾਕੇ 'ਚ ਇਲਾਕਾ ਬਾਜ਼ੀ ਉਡਾਈ ਕਿ ਅਸੀਂ ਇੱਕ ਦਿਨ ਹੀ ਆ ਕਰ ਲਈਏ। ਨਾ ਪੀਰ ਨੂੰ ਉਡਾਉਂਦੇ ਨੇ, ਨਾ ਮੰਗਲ ਨੂੰ ਉਡਾਉਂਦੇ ਨੇ, ਅਗਰ ਉਡਾਉਂਦੇ ਨੇ ਤਾਂ ਦੁਪਹਿਰ ਨੂੰ ਉਡਾਉਂਦੇ ਨੇ। ਅੱਜ ਇਹਨਾਂ ਨੇ ਕੀ ਕੀਤਾ ਯਾਰ, ਕਿਸੇ ਦਾ ਵੀ ਇਲਾਕਾ, ਚਾਹੇ ਸਦਰ, ਗੜੀ ਸ਼ੋ, ਮੁਗਲਪੁਰਾ, ਗੁਲਬਰਗ, ਇਛਰਾ, ਜਿੰਨੇ ਵੀ ਇਲਾਕੇ ਨੇ, ਹਰ ਇਲਾਕੇ ਲਈ ਆਪਣੇ ਆਪਣੇ ਇਲਾਕੇ ਦਾ ਅਹਿਸਾਸ ਕਰਦੇ ਨੇ। ਅਗਰ ਤੁਸੀਂ ਉਡਾ ਨਹੀਂ ਨਾ ਰਹੇ ਤਾਂ ਤੁਸੀਂ ਕਮ ਸੇ ਕਮ ਆਪਣੇ ਇਲਾਕੇ ਦਾ ਅਹਿਸਾਸ ਕਰ ਲਓ ਕਿ ਸਾਡੇ ਇਲਾਕੇ 'ਚ ਬੰਦੇ ਨੇ ਬਾਜ਼ੀ ਉਡਾਈ ਹੈ ਅਤੇ ਅਸੀਂ ਖੱਬੇ ਸੋਜੇ ਪੱਲੇ ਨਾ ਮਾਰੀਏ, ਤੁਹਾਡੀ ਬਾਜ਼ੀ ਨਹੀਂ ਹੈਗੀ, ਠੀਕ ਹੈ। ਮੁਫਤੀ ਦੇ ਸੋਲੋ ਕਬੂਤਰ ਕੱਢ ਕੇ ਮਾਰਦੇ ਨੇ, 30-30, 40-40 ਕਬੂਤਰ ਮਾਰਦੇ ਨੇ, ਕੋਈ ਤੁੱਕ ਨਹੀਂ ਗਾ। ਇਹ ਬਹਾਦਰੀ ਨਹੀਂ ਕਹਿਲਾਈ ਜਾਂਦੀ, ਇਹ ਆਪਣਾ ਬਸ ਤੁਹਾਨੂੰ ਨੀਚਾ ਪਰ ਸੋਚੋ ਕਿ ਯਾਰ ਸਾਡੇ ਇਲਾਕੇ ਦੇ ਵਿੱਚ ਕਿਸੇ ਬੰਦੇ ਨੇ ਬਾਜ਼ੀ ਲਾ ਲਈ ਹੈ ਅਤੇ ਯਾਰ ਅਸੀਂ ਉਹਨੂੰ ਕੀ ਕਰ ਰਹੇ ਹਾਂ, ਉਹਦੇ 7 ਕਬੂਤਰ ਉੱਡੇ ਨੇ। ਭਾਅ ਜੀ ਕੀ ਵੇਖ ਰਹੇ ਹੋ? ਏਦਾਂ ਤੁਹਾਡਾ ਰੰਗ ਬੜਾ ਸੋਹਣਾ ਆ ਰਿਹਾ, ਇੱਧਰ ਆਇਓ ਸਰ, ਇੱਧਰ ਬੜਾ ਨਾ ਇੱਥੇ ਚਮਕ ਰਿਹਾ, ਚਮਕ ਪਾ ਲੱਗ ਰਿਹਾ, ਕਾਲਾ ਆ ਰਿਹਾ ਮੇਰੇ ਵਰਗਾ, ਬੜੇ ਖੁਸ਼ ਹੋਏ ਹੋ ਕੀ? ਨਹੀਂ ਇਹ ਮੈਂ ਤੁਹਾਨੂੰ ਚਿੱਟਾ ਕਰ ਦਾਂਗਾ, ਟੈਨਸ਼ਨ ਨਾ ਲਓ। ਇਫੈਕਟ ਪੈ ਰਿਹਾ ਨਾ, ਤੁਸੀਂ ਸ਼ਰਟ ਵੀ ਤੇ ਉਹ ਪਾਈ ਨਾ, ਖੱਟੇ ਪੱਲੇ ਪੱਲੇ ਕਰਦੀ, ਮੈਨੂੰ ਰੰਗ ਇਹ ਸੋਹਣੇ ਲੱਗਦੇ ਨੇ। ਅੱਛਾ ਯਾਰ, 11 ਮਈ ਦੀ ਅਪਡੇਟ ਦੇ ਵਿੱਚ ਕੀ ਸੀ? 11 ਮਈ ਕਿਸੇ ਦਾ ਕੋਈ ਕੂਤਰ ਨਹੀਂ ਆਇਆ, ਬਿਲਕੁਲ। ਤੇ ਮਾਸ਼ਾਅੱਲਾ ਕੱਪ ਵਿੱਚ ਵੀ ਮੈਨੂੰ ਨਹੀਂ ਲੱਗਦਾ ਅਜੇ ਤੱਕ ਕਿਸੇ ਦੀ ਅਪਡੇਟ ਆਈ ਹੋਵੇ। ਨਹੀਂ ਆਈ ਤੇ ਮਾਸ਼ਾਅੱਲਾ ਸ਼ੋਲ ਮੇਲਾ ਸੇਕਾ ਲੱਗਾ ਦੋਸਤੋ, 11 ਵੱਜ ਗਏ ਨੇ, ਛੱਤ ਛੁੱਤ ਖੋਲ ਦਿੱਤੀ ਹੈ, ਛੱਤ ਖੋਲ ਦਿੱਤੀ ਹੈ, ਛੱਤ ਆਪਣੇ ਫੌਜੀਆਂ ਨੂੰ ਗਰਾਖ ਰੂਖ ਵੀ ਪਾ ਦਿੱਤੀ ਹੈ ਤੇ ਉਹ ਵੀ ਹੁਣ ਖਾ ਪੀ ਰਹੇ ਨੇ, ਹੁਣ ਮਾਦੀਆਂ ਨੂੰ ਵੀ ਪਾ ਦਿੱਤੀ ਹੈ, ਕੱਲ ਵੈਸੇ ਵੀ ਤਿਆਰ ਕਰ ਲੈਣੇ। ਬਿਲਕੁਲ ਜੀ ਬਿਲਕੁਲ, ਤੇ ਕੰਮ ਬਿਲਕੁਲ ਇਨਸ਼ਾਅੱਲਾ ਜੀ ਰੇੜੇ ਆ ਦੋਸਤੋ। ਦੇਖੋ ਮੌਸਮ ਦੇਖੋ, ਨੀਲਾ ਅਸਮਾਨ ਹੋਇਆ, ਸਮਾਂ ਦੇਖ, ਊਂਠ ਊਂਠ ਆਇਆ ਸੀ ਬਿਲਕੁਲ ਥੱਲੇ ਲਾ ਕੇ ਵਾਪਸ ਚਲਾ ਗਿਆ, ਆਈ ਦੇਖ ਕਿ ਐਸ ਕੋ ਛੱਤਾਂ ਉੱਤੇ ਚਮਕ ਪੈ, ਆਹੋ ਆਪਾਂ ਬੜੀ ਧੁੱਪ ਲੱਗੀ ਜੇ, ਬੜੀ ਧੁੱਪ ਸੜੀ ਲੱਗੀ, ਇਹ ਬਾਜੀਆਂ ਵੇਖ ਕੇ ਦੀਆਂ ਫਿਰਦੀਆਂ, ਆਹੋ ਬੜੀਆਂ ਜ਼ਿਆਦਾ ਕਾਲੀ ਬਾਜੀ, ਇਹ ਚੀਲਾਂ ਫਿਰਦੀਆਂ ਪਈਆਂ ਬਾਜੀ, ਤੇ ਦੇਖੋ ਨਾਲੇ ਅੱਜ ਮੁਨਸਬ ਹੀ ਬੈਠੇ ਨੇ। ਅਸਲਾਮ ਵਾਲੇਕੁਮ। ਵਾਲੇਕੁਮ ਅਸਲਾਮ। ਅੱਛਾ ਕਿਸ ਤਰ੍ਹਾਂ ਦਾ ਸ਼ੌਕ ਮੈਨੂੰ ਵੇਖਣ ਨੂੰ ਮਿਲ ਰਿਹਾ ਇੱਥੇ ਇਲਾਕੇ 'ਚ? ਅੱਛਾ ਸ਼ੌਕ ਹੋ ਰਿਹਾ ਤੁਹਾਡੇ ਨਾਲ ਤੇ ਮਾਸ਼ਾਅੱਲਾ ਆਪਣੀ ਕੀ ਤੁਹਾਡੀ ਛੱਤ ਦੀ ਰਿਪੋਰਟ ਹੈ ਆਪਣੇ ਵੀ ਤੁਹਾਡੇ? ਸਾਡਾ ਇੱਕ ਆਇਆ ਸੀ ਵਾਪਸ ਹੋ ਗਿਆ, ਉਹ ਵੀ ਚਲਾ ਗਿਆ ਵਾਪਸ। ਚਲੋ ਜੀ ਅੱਲਾ ਖੈਰ ਕਰੇਗਾ ਇਨਸ਼ਾਅੱਲਾ। ਸਾਡਾ ਕਬੂਤਰ ਤੇ ਸਾਡਾ ਕਬੂਤਰ ਆਪਸ ਵਿੱਚ ਸਲਾਹ ਕਰਕੇ ਆਏ ਸੀ, ਆਪਣੇ ਸਲਾਹ ਕਰਕੇ ਉਹ ਪਹਿਲੇ ਗਿਆ ਨਾ ਸਾਡਾ ਕਬੂਤਰ ਗਵਾਲ ਮੰਡੀ, ਉਹਨੇ ਕਿਹਾ ਭਾਈ ਨੇ ਮੈਂ ਹਾਂਜੀ ਉਹ ਜਾਂ ਅੱਧਾ ਅੱਧਾ ਰਸਤਾ ਤੁਮੇ ਤੈਅ ਕੀਤਾ ਸੈਂਟਰ 'ਚ ਆਏ, ਉਹਨੇ ਕਿਹਾ ਪਹਿਲੇ ਕਿਹੜਾ ਬੇਗਾ, ਉਹਨੇ ਕਹਿੰਦਾ ਜਿੰਦੇ ਸੈਲਮ ਹੋ ਗਿਆ ਸੀ ਬਾਈਆਂ, ਬਿਲਕੁਲ ਜੀ। ਤੇ ਬਾਕੀ ਦੋਸਤੋ ਬੜਾ ਅੱਛਾ ਸ਼ੌਕ ਵਿਖਾਉਣ ਨੂੰ ਮਿਲੇਗਾ ਤੁਹਾਨੂੰ ਇਨਸ਼ਾਅੱਲਾ, ਕੋਸ਼ਿਸ਼ ਤੇ ਆਈ ਹੈ ਕਿ ਅੱਛਾ ਸ਼ੌਕ ਵਿਖਾਈਏ। ਗੱਲ ਇਹ ਹੈ ਕਿ ਸਾਰੀਆਂ ਮਕਤਾ ਤੁਹਾਡੇ ਵਾਸਤੇ ਨੇ, ਬਿਲਕੁਲ, ਜਿੱਦੇ ਬਾਹਰ ਗਏ ਨੇ ਅਲੀ ਸਾਹਿਬ। ਹਾਂਜੀ 11 ਵੀ ਦੀ ਅਪਡੇਟ, ਨਹੀਂ ਤਾਂ ਤੁਹਾਨੂੰ ਮੁਨਸਾ ਭੇਜ ਦੀ ਅਲੀ ਭਾਈ, ਅਲੀ ਸਾਹਿਬ ਤੁਹਾਨੂੰ ਮੁਨਸਾ ਭੇਜਣਾ ਯਾਰ, ਤੁਸੀਂ ਕਿੱਥੇ ਯਾਰ? ਹਾਂ ਫੋਨ ਕਰੀਏ, ਹਾਂਜੀ ਤੁਹਾਡੀ ਹੁਣ ਸਾਨੂੰ ਕਮੀ ਮਹਿਸੂਸ ਹੋ ਰਹੀ ਹੈ, ਬਿਲਕੁਲ।
ਬਾਕੀ ਦੋਸਤਾਂ ਦੇਖੋ ਚੀਲਾਂ ਚੀਲਾਂ ਹੀ ਫੇਰੀਆਂ ਜੇ ਨੀਲਾ ਸਮਾਨ ਜੇ ਕਿਆ ਬਾਤ ਹੈ ਯਾਰ ਬਾਬਾ ਰਾਤ ਵਾਲੀ ਕੂਤਰੀ ਦਿਖਾਓ ਜਰਾ ਜ਼ੀਰੀ ਦਾ ਸ਼ੌਕ ਤੇ ਕਰਾਓ ਜਰਾ ਯਾਰ ਤੂੰ ਸਵਾਦ ਹੈ ਹੀ ਨਹੀਂ ਸੀ ਨਹੀਂ ਨਾ ਦਾਈ ਲਿਆਓ ਜਰਾ ਲਿਆਓ 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 ਜ਼ੀਰੀ ਕੂਤੇ ਹੈ ਉਹ ਬੈਠੀ ਹੈ ਬੈਠੀ ਸ਼ੌਕ ਕਰਾਓ ਜਰਾ ਪਾਪਾ ਕਿਸੇ ਦੀ ਵੱਡੀ ਮਾਦੀ ਜੇ ਦੋਸਤ ਕੱਲ ਲੜ ਪਏ ਨੇ ਤੁਹਾਨੂੰ ਪਤਾ ਹੀ ਨਹੀਂ ਹੈ ਸਬਸਕ੍ਰਾਈਬਰ ਬਾਈ ਪਾਪਾ ਕੱਲ ਸਬਸਕ੍ਰਾਈਬਰ ਬੜੇ ਬੋਲੇ ਨੇ ਕਮੰਡਾਂ ਨੇ ਫਿਰ ਉਹਨਾਂ ਨੇ ਕਿਹਾ ਕਿਉਂ ਦਿੱਤੀ ਵਾਪਸ ਮੈਂ ਕਹਿੰਦੀ ਦਿੱਤੀ ਪਾਪਾ ਨੇ ਫੋਨ ਕੀਤਾ ਸੀ ਨਹੀਂ ਚੁੱਕਿਆ ਦੋਸਤੋ ਚੈੱਕ ਕਰੋ ਜਰਾ ਕਬੂਤਰੀ ਹੈ ਰਾਤੀ ਫੜੀ ਜੇ ਕਿਆ ਬਾਤ ਕੁੰਦਾ ਦੇਖੋ ਉਹਦਾ ਬੜੀ ਕਲਾਸ ਦੀ ਮਾਦੀ ਜੇ ਦੋਸਤੋ ਨੰਬਰ ਲੱਗਾ ਹੈ ਨੰਬਰ ਹੈ ਜੇ ਲੋ ਦੇ ਦਾ ਦਿਖਾ ਦਾ ਦਿਖਾ ਦਾ ਦਿਖਾ ਦਾ ਨੰਬਰ ਲਓ ਦੋਸਤੋ ਇਹ ਹੈ ਨੰਬਰ ਜੇ ਕੜੀ ਦੇ ਚ ਇਹ ਅਦਰ ਵਾਹ ਬਾਹਰ ਬਾਈ ਬਾਹਰ ਆ ਜਾਓ ਇਹ ਦੋਸਤੋ ਇਹ ਨੰਬਰ ਚ ਇਹ ਨੰਬਰ ਲੱਗਾ ਜੀ ਦੋਸਤੋ ਇਹ ਨੰਬਰ ਲੱਗਾ ਇਹਨੂੰ ਫੋਨ ਸ਼ੋਨ ਕੋਈ ਨਹੀਂ ਕੀਤਾ ਮੈਂ ਤੇ ਬਾਕੀ ਚੇਚ ਬੱਗਾ ਨੂੰ ਪੁੱਛਿਆ ਬੱਗਾ ਹੀ ਮਾਦੀ ਚੈੱਕ ਕਰੋ ਤੇਰਾ ਇੱਧਰ ਆ ਕੇ ਕੀ ਸੀਨ ਹੈ ਦਿਖਾਓ ਤੇਰਾ ਇਹ ਮਾਦੀ ਵੇਖੋ ਤੇਰਾ ਚੁੱਪ ਬਾਈ ਮਾਦੀ ਚੈੱਕ ਕਰੋ ਤੇਰਾ ਕੈਸੀ ਹੈ ਚੁੱਪੇ ਨੂੰ ਤਾਂ ਬੜੀ ਪਸੰਦ ਆਈ ਹੈ ਚੁੱਪੇ ਨਹੀਂ ਫੜੀ ਕੀ ਕਹਿੰਦੀ ਮਾਦੀ ਹੈਂ ਇਹਨੂੰ ਖੱਪੇ ਪਾ ਮੈਂ ਕੈਂਚੀ ਲਿਆ ਅੱਜ ਦੋਸਤਾਂ ਨੇ ਕਿਹਾ ਸਬਸਕ੍ਰਾਈਬਰ ਵੀ ਤੁਹਾਡੇ ਵਰਗੇ ਚਾਚੂ ਜੀ ਉਹ ਕਹਿੰਦੇ ਨੇ ਜੇ ਤੁਹਾਡਾ ਨਹੀਂ ਨਾ ਵਾਪਸ ਮਿਲਦਾ ਤੇ ਕਿਸੇ ਨੂੰ ਨਹੀਂ ਦੇਣਾ ਕੋਈ ਕਬੂਤਰ ਵਾਪਸ ਨਹੀਂ ਦੇਣਾ ਮੈਂ ਕਿਹਾ ਮੇਰਾ ਚਾਚੂ ਵੀ ਆਈਂਦਾ ਹੀ ਹੈ ਉਹ ਵੀ ਭਾਈ ਕੋਈ ਚੱਕਰ ਨਹੀਂ ਕੋਈ ਕਬੂਤਰ ਵਾਪਸ ਨਹੀਂ ਚਾਚੂ ਤਾਂ ਸਾਡਾ ਨਹੀਂ ਦਿੰਦੇ ਤੇ ਅਸੀਂ ਕੋ ਦਈਏ ਹੁਣ ਰਾਤ ਦੀ ਸਟੋਰੀ 'ਤੇ ਤੁਹਾਨੂੰ ਪਤਾ ਨੀਲੇ ਰੰਗ ਵਾਲੇ ਕਬੂਤਰ ਦਾ ਫੋਨ ਆਇਆ 20,000 ਮੰਗਦੇ ਪਏ ਹਾਂਜੀ ਦੋਸਤੋ ਨੀਲੇ ਰੰਗ ਵਾਲੇ ਕਬੂਤਰ ਦਾ ਫੋਨ ਆ ਗਿਆ ਉਸ ਕਬੂਤਰ ਦਾ 20,000 ਰੁਪਏ ਮੰਗ ਰਹੇ ਹੈ ਔਰ ਇਹ ਦੇਖੋ ਇਹ ਵੀ ਕੋਈ ਸ਼ੌਕੀਨ ਬੰਦਾ ਮੁਜ਼ਾਰਾ ਨਹੀਂ ਹੁੰਦਾ ਕਿ 20,000 ਰੁਪਈਆ ਚਲੋ ਵੱਢੋ ਪਰ ਆਰਾਮ ਨਾਲ ਵੱਢੋ ਤੁਸੀਂ ਤਾਂ ਪੂਰੀਆਂ ਲੱਤਾਂ ਹੀ ਲਾ ਰਹੇ ਜੇ ਇਹ ਦੇਖੋ ਨਾ ਧੁੱਪ ਤੋਂ ਬਚੋ ਅਤੇ ਬਾਕੀ ਦੋਸਤੋ ਉੱਤੇ ਤੁਹਾਨੂੰ ਨਾ ਇਸ ਟਾਈਮ ਤੱਕ ਤਾਂ ਕੋਈ ਕੋਈ ਸੀਨ ਨਹੀਂ ਜੇਗਾ ਹੈਗੀ ਆ ਗਏ ਬੈਗੀ 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 ਏ ਚੱਲ ਮਾਲ ਡੱਬੇ 'ਚ ਇਹ ਬਹਿ ਗਿਆ ਦੋਸਤੋ ਹਰਾ ਕਬੂਤਰ ਬਹਿ ਗਿਆ ਜਾ ਕੇ ਚੁੱਪ ਗਈ ਡੱਕੋ ਜਰਾ ਜਾ ਕੇ ਜਾਓ ਜਰਾ ਲਾਈਵ ਚਿੜੀ ਮਾਰੀ ਤਾਂ ਕਰੋ ਜਰਾ ਜਾ ਕੇ ਹਰਾ ਕਬੂਤਰ ਬੈਠਾ ਦੋਸਤੋ ਬੜਾ ਸੁਚਲ ਕਲਾਸ ਦਾ ਕਬੂਤਰ ਬੈਠਾ ਜੇ ਅਤੇ ਹੁਣ ਟਾਈਮ ਹੋ ਗਿਆ 11:00 ਕੁਛ ਮਿੰਟ ਦਾ ਡੱਕੋ 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 ਜਰਾ ਧਿਆਨ ਨਾਲ ਡੱਕੋ ਜਰਾ ਕਬੂਤਰ ਚੰਗਾ ਹੀ ਹੈ ਡੱਕੋ ਤੋਂ ਲਾ ਕੇ ਦੋਸਤਾਂ ਨੂੰ ਸ਼ੌਕ ਵੀ ਕਰਾਈਏ ਡੱਕਿਆ ਜਾਵੇ ਸਹੀ ਚੱਲ ਇਹ ਤੁਰ ਪਿਆ ਤੁਰ ਪਿਆ ਤੁਰ ਪਿਆ ਤੁਰ ਪਿਆ ਤੁਰ ਪਿਆ ਤਾਂ ਆਪਣਾ ਉੱਡ ਗਿਆ ਤਾਂ ਬਾਹਰ ਦਾ ਫਿਰ ਗਿਆ ਜੇ ਉੱਡ ਗਿਆ ਤਾਂ ਬਾਹਰ ਦਾ ਫਿਰ ਆਪਣਾ ਤਾਂ ਗਿਆ ਇਹ ਉਹ ਤੇਰੀ ਖੈਰ ਇਹ ਹੀ ਕੀਤਾ ਬਾਬਾ ਜੀ ਹੈਂ ਕਿਆ ਸਦਕਾ ਜਾਰੀ ਹੈ ਜਿਹੜਾ ਨਹੀਂ ਡੱਕਿਆ ਗਿਆ ਸਦਕਾ ਹੈਂ ਜੇ ਡੱਕਿਆ ਜਾਂਦਾ ਫਿਰ ਅੰਦਰ ਸੀ ਫਿਰ ਮਾਲ ਡੱਬੇ ਸੀ ਨਿਕਲ ਗਿਆ ਜੇ ਉਹ ਪਤਾ ਨਹੀਂ ਕਿੱਥੋਂ ਸਤਾਇਆ ਉਹ ਵੇਖੋ ਵੇਖੋ ਚਿੜੀ ਮਾਰੀ ਚਿੜੀ ਮਾਰੀ ਨਾ 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 ਚਿੜੀ ਮਾਰੀ ਛੱਡ ਦੋ ਉਹ ਚਿੜੀ ਮਾਰੀ ਛੱਡ ਦੋ ਅੱਜ ਕਿੱਧਰ ਗਿਆ ਉਹ ਗਿਆ ਜੇ ਉਹ ਮੰਡੇ ਨਾਲ ਜਾਲ ਤੇ ਗਿਆ ਜੇ ਪਰੇ ਚਲਾ ਗਿਆ ਪਰੇ ਨੂੰ ਚਲਾ ਗਿਆ ਦੋਸਤੋ ਤੇ ਬਾਕੀ ਆਪਾਂ ਜੀ ਕਬੂਤਰ ਅੱਲਾ ਪਾਕ ਨੇ ਸੋਹਣੇ ਬੰਦ ਨੇ ਊਂਠ ਆਇਆ ਸੀ ਫਿਰ ਚਲਾ ਗਿਆ ਤੇ ਉਹਦਾ ਫਿਰ ਟਾਈਮ ਨਹੀਂ ਗਾ ਸੀ ਆਉਂਦਾ ਚਲੋ ਆ ਰਹੇ ਜਾ ਰਹੇ ਮੇਲਾ ਚੱਲਦਾ ਰਹੇ ਬਿਲਕੁਲ ਆਉਣੇ ਜਾਣੇ ਜਿੱਦਾਂ ਸ਼ੁਕਰ ਮੇਲਾ ਤਾਂ ਦੇ ਬਾਬਾ ਜੀ ਭਾਈ ਜੀ ਨੇ ਗੱਲ ਹੀ ਕੀਤੀ ਬੜਾ ਮਜ਼ਾ ਆ ਰਿਹਾ ਜੀ ਬਾਜੀ ਲਾ ਯਕੀਨ ਕਰੋ ਦਿਲ ਸਕੂਨ ਚ ਗਿਆ ਹਾਰ ਜਿੱਤ ਮੁਕਦਰਾਂ ਦੀ ਬਿਲਕੁਲ ਟੁੱਟ ਗਈ ਬਾਜੀ ਬੜਾ ਪੈਰ ਜ਼ਮੀਨ ਤੇ ਨਹੀਂ ਗਏ ਇਹ ਤੇ ਫਾਈਨਲ ਰਾਤ ਨੂੰ ਪਤਾ ਲੱਗਦਾ ਉਹ ਬਾਬਾ ਬੰਦਾ ਹਾਰ ਕੇ ਵੀ ਬਾਬਾ ਕੋਈ ਗੱਲ ਨਹੀਂ ਸ਼ੇਰ ਹੀ ਹੁੰਦਾ ਹੈ ਫੇਰ ਕਿਹੜੀ ਗੱਲ ਹੈ ਹਾਰ ਕੇ ਵੀ ਸ਼ੇਰ ਹੀ ਹੁੰਦਾ ਕਸਮ ਲੈ ਲਓ ਕੋਈ ਮਕਾਨ ਦੀ ਰਜਿਸਟਰੀ ਨਹੀਂ ਲਾਈ ਕੋਈ ਐਡਾ ਵੱਡਾ ਰਕਮ ਨਹੀਂ ਲਾਈ
ਸ਼ੁਗਲ ਮੇਲਾ ਬਿਲਕੁਲ ਇੰਨੀ ਕੁ ਦਿਲ ਤੇ ਬਰਦਾਸ਼ਤ ਹੈ ਕਿ ਜਿੰਨੀ ਕੁ ਲਾਈ। ਅੱਛਾ ਇਹ ਸ਼ੁਗਲ ਮੇਲਾ ਕਿਸ ਕਿੰਨਾ ਸੇ ਲਾਇਆ ਤੁਸੀਂ ਇਹਲਾ? ਇਹ ਭਰਾਵਾਂ ਵਾਸਤੇ ਵੀਵਰਾਂ ਸੇ ਵੀਵਰਾਂ ਨਹੀਂ ਦੱਸਿਆ ਸੀ ਕਿ ਅਸੂ ਖੇਡੇ ਕਦੀ? ਇਹ ਮੇਰੇ ਵੀਰ ਜਿਹੜੇ ਇੰਡੀਆ ਤੇ ਵੇਖਣ ਉਹਨਾਂ ਦੀਆਂ ਕਈਆਂ ਦੀ ਬਾਜ਼ੀ ਉੱਡੀ ਹੋਣੀਆਂ ਕਿ ਸਾਡੀਆਂ ਵੀ ਉੱਡੀਆਂ ਨੇ। ਬਿਲਕੁਲ ਇੰਡੀਆ ਦਾ ਪੱਲਾ ਵੱਜਦਾ 7:40 ਦਾ। ਅੱਛਾ ਪਤਾ ਕੀਤਾ ਸੀ? ਹਾਂ ਅੱਜ ਕਮੰਡ ਆਏ ਨੇ ਤੇ ਯਾਰ ਸਾਡਾ ਜਿਹੜਾ ਪੱਲਾ ਸੀ 6:00 ਦਾ 6:00 ਦਾ ਵੱਜਦਾ ਉਹਨਾਂ ਦਾ ਪਹਿਲੇ ਹੀ ਪਾਪਾ ਸੂਰਜ ਚੜ ਜਾਂਦਾ ਨਾ ਤੇ ਆਪਣੇ ਇਨਸ਼ਾਅੱਲਾ ਬਾਕੀ ਕਬੂਤਰ ਬੰਦ ਨੇ। ਤਿੰਨ ਮੋਹਰਾਂ ਨੇ ਕੀ ਕਿਹਾ? ਅਸਲਾਮ ਵਾਲੇਕੁਮ ਬੜਾ ਸੂਟਰ ਗਿਆ ਯਾਰ ਉਹ ਹਾਲ ਚਾਲ ਪੁੱਛ ਕੇ ਚਲਾ ਗਿਆ ਕਹਿੰਦਾ ਜਾਗਦੇ ਰਹੋ ਭਾਈਓ। ਅੱਛਾ ਕੋਈ ਕਦਾ ਵੇ ਨਾ ਤੇ ਸਾਹਸ ਕਾਨ ਦਾ ਜੇ ਮੈਂ ਕਹਿੰਦਾ ਯਾਰ ਥੋੜੀ ਦੇਰ ਪਹਿਲਾਂ ਨਾ ਸਾਡੀ ਕੰਡੀ ਸੁੱਕ ਗਈ ਸੀ। ਕਿਉਂ ਸੁੱਕ ਗਈ ਸੀ ਭਲਾ? ਦੋ ਆ ਗਏ ਸਾਨੂੰ ਪਤਾ ਹੀ ਨਹੀਂ ਦੋਸਤੋ ਕਿਉਂਕਿ ਕਬੂਤਰ ਉੱਡਣ ਵਾਲੇ ਨੇ 12:00-2:30 ਵੀ ਆ ਬਹਿ ਰਹੇ ਨੇ ਕਿਉਂ ਆਏ ਨੇ ਕੀ ਰੀਜ਼ਨ ਹੈ? ਰੀਜ਼ਨ ਮੈਂ ਤੁਹਾਨੂੰ ਦੱਸ ਦਿੱਤੀ ਹੈ ਪੈਂਦੇ ਸੱਟੇ ਤੁਹਾਨੂੰ ਮੈਂ ਦੱਸੀ ਕਿ ਰੀਜ਼ਨ ਹੈ ਦੋਸਤੋ ਇਹ ਕੰਮ ਖਰਾਬ ਹੁੰਦਾ ਹੈ ਇੱਥੋਂ ਤੇ ਬਾਕੀ ਪਾਪਾ ਕਹਿੰਦਾ ਯਾਰ ਸ਼ਮਾ ਆਪਣੇ ਸ਼ੋਅ ਵੱਲ ਧਿਆਨ ਮਾਰਿਆ ਕਰ ਦਫਾ ਮਾਰਿਆ ਕਰ ਜਿਹੜੇ ਜਿਹਨੇ ਡਾਨੇ ਹੁੰਦੇ ਨੇ ਡਾਨ ਦੇ ਅਸੀਂ ਸਾਨੂੰ ਜ਼ਰੂਰਤ ਨਹੀਂ ਹੈ ਯਾਰ ਐਵੇਂ ਛੋਟੀ ਛੋਟੀ ਗੱਲਾਂ ਪਿੱਛੇ ਲੈ ਕੇ ਭੱਜੇ ਫਿਰੀਏ ਪਾਪਾ ਅਸੀਂ ਨਹੀਂ ਛੋਟੀ ਛੋਟੀ ਗੱਲਾਂ ਕਰਦੇ ਪੁੱਤਰ ਗੱਲ ਭਾਜੀ ਥੋੜੀ ਬਰਦਾਸ਼ਤ ਕਰੋ ਕੋਈ ਗੱਲ ਅਗਲਾ ਕਰਦਾ ਨਾ ਅਗਲੇ ਦੇ ਫੇਲ ਅਗਲੇ ਦੇ ਛੱਡ ਦਿਓ ਯਾਰ ਉਹਨੂੰ ਅੱਲਾ ਆਪ ਹੀ ਪੁੱਛ ਲੇਗਾ। ਬਿਲਕੁਲ ਗੱਲ ਕਰ ਸਾਡੇ ਨਾਲ ਕਰਦੇ ਯਾਰ ਕਿਸ ਨਹੀਂ ਹੋ ਜਾਏਗੀ। ਚਲੋ ਠੀਕ ਹੋ ਗਿਆ ਅੱਲਾ ਪਾਕ ਆਪੀ ਜਿਹੜਾ ਜੋ ਦਿੰਦਾ ਜੀ ਆਪਣੇ ਤੋਂ ਹੋ ਜਾਏਗੀ। ਠੀਕ ਹੈ ਕੱਲ ਨੂੰ ਕੋਈ ਸਾਨੂੰ ਕਹਿਣ ਵਾਲਾ ਨਾ ਹੋਵੇਗਾ ਸਾਨੂੰ ਕੋਈ ਕਹਿਣ ਵਾਲਾ ਹੋਏਗਾ ਫਿਰ ਅਸੀਂ ਦਿਖਾ ਦੇਵਾਂਗੇ ਕਿ ਭਾਈ ਆ ਵੀਡੀਓ ਦੇ ਵੇਲੇ। ਠੀਕ ਹੋ ਗਿਆ ਜੀ ਕੋਈ ਗੱਲ ਮਾਰੋ ਪੱਲੇ ਜਿੰਨੇ ਜਿੰਨੇ ਮਾਰਨ ਰੱਜ ਕੇ ਮਾਰੋ ਕੋਈ ਗੱਲ ਨਹੀਂ। ਬਿਲਕੁਲ ਠੀਕ ਹੋ ਗਿਆ ਠੀਕ ਹੋ ਗਿਆ ਨਹਿਰ ਚ ਨਹਾਈਏ 16 ਹੋਰ ਵੀ ਨਹਾਉਂਦੇ ਹੁੰਦੇ ਨੇ ਠੀਕ ਹੋ ਗਿਆ ਜੀ ਮੇਲਾ ਲੱਗਾ ਰਹਿੰਦੇ ਹੋ ਠੀਕ ਹੋ ਗਿਆ ਦੋਸਤੋ। ਬਾਕੀ ਦੋਸਤੋ ਬੜਾ ਸੋਹਣਾ ਮੌਸਮ ਹੈ ਸੀਵ ਕਿੱਥੇ ਸੋ ਗਿਆ ਤੂੰ ਜਾ ਕੇ? ਓਏ ਹਾਂਜੀ ਯਾਰ ਸੁਬਾ ਦਾ ਪੱਲਾ ਮਾਰਿਆ ਕਿੱਧਰ ਗਾਇਬ ਹੋਇਆ ਸਰ? ਤੂੰ ਕਿੰਨੇ ਵੀ ਉੱਠਿਆ? ਇਹਨੇ ਸੁਬਹ 4 ਗਲਾਸ ਤੋੜੇ ਇਹਨੇ 4 ਗਲਾਸ ਪਾ ਕੇ ਨਵੇਂ ਗਲਾਸ ਥੋੜੋ ਲਿਆਈ ਪਾਪਾ ਲਿਆ ਕੇ ਬਨੇਰੇ ਤੇ ਰੱਖੇ 4 ਤੇ 4 ਹੀ ਤੋੜਦੇ ਫੜ ਗਏ ਤੇ ਬਾਅਦ ਚ ਪਾਪਾ ਦੇ ਪੈਰ ਹੈ ਹੱਥ ਵੱਜ ਗਿਆ ਸੀ ਤੇ ਅੱਜ ਤੇਰਾ ਕਿਹੜਾ ਕਬੂਤਰ ਜਿੱਤੇਗਾ? ਜਿੰਨਾ ਦੀ ਕਿਸਮਤ ਹੋਏਗੀ ਓਏ ਉਹ ਕਬੂਤਰ ਤੇਰਾ ਕਿਹੜਾ ਜਿੱਤੇਗਾ? ਸਾਰੇ ਜਿੱਤਣਗੇ। ਅੱਛਾ ਜੀ 3 ਮੋਹਰਾਂ ਦਾ ਕਿੰਨੇ ਵੀ ਬੇਗ ਸ਼ਾਮ ਨੂੰ? ਓਏ ਹੋਏ 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 ਸ਼ਾਮ ਨੂੰ ਪੱਕੀ ਗੱਲ ਹੈ ਲਿਆ ਵੀ ਰਿਹਾ ਨਾ ਅਗਰ ਉਹ ਕਬੂਤਰ ਪਵੇ ਸ਼ਾਮ ਨੂੰ ਤੇ ਤੈਨੂੰ ਜ਼ਿੰਗਰ ਟੈਸ ਸ਼ਵਾਰਮਾ ਠੀਕ ਹੈ? ਕਿਹੜਾ ਸ਼ਵਾਰਮਾ? ਜ਼ਿੰਗਰ ਟੈਸ ਤੇ ਸੀਪ ਤੂੰ 10:00 ਆਪਣਾ ਮੇਰੇ ਭਾਈ ਸਾੜੀ ਸ਼ਾਮ ਨੂੰ ਨਹੀਂ ਤੂੰ ਇੱਕ ਆਪਣਾ ਇੱਕ ਕਬੂਤਰ ਦੱਸਣਾ। ਹਾਂ ਤੂੰ ਠੀਕ ਹੈ ਹੁਣ ਹੀ ਤੇ ਆਇਆ ਸੀ ਹੁਣ ਆਇਆ ਹੁਣ ਸ਼ਾਮ ਨੂੰ ਹੈਂ ਹੁਣ ਸ਼ਾਮ ਨੂੰ ਹੁਣ ਤੇ ਬਹੁਤ ਸਾਰੇ ਹੁਣ ਤਾਂ ਬਹੁਤ ਸਾਰੇ ਹਾਂ ਉਹ ਮਾਸ਼ਾਅੱਲਾ ਫਿਰਦਾ ਬੜਾ ਸ਼ੂਟਰ ਸ਼ੂਟਰ ਜੀ ਹੈ ਆਪਾ ਭੱਜਾ ਫਿਰਦਾ ਹੁੰਦਾ ਅਸਲ ਜੀ ਕਬੂਤਰ ਹੈਗਾ ਸਾਹਮਣੇ ਫਿਰਨ ਵਾਲਾ ਸਾਹਮਣੇ ਫਿਰਦਾ ਬੰਦ ਨਹੀਂ ਹੁੰਦਾ ਅਗਰ 2:30 ਨਿਕਲਦਾ ਨਾ ਸ਼ਾਮ ਪਾਂ ਦਾ ਚੱਲ ਯਾਰ ਜੇ ਵਾਲੀ ਗੱਲ ਬੜੀ ਲੰਮੀ ਹੁੰਦੀ ਬਿਲਕੁਲ ਉਹ ਕਹਿੰਦੇ ਨੇ ਜਦੋਂ ਕ੍ਰਿਕਟ ਖੇਲਦੇ ਹੋ ਤੇ ਛਿੱਕਾ ਮਾਰ ਦਿੰਦਾ ਆਊਟ ਛਿੱਕਾ ਵੱਜ ਜਾਂਦਾ ਨਾ ਫਿਰ ਛਿੱਕਾ ਹੀ ਹੈ ਬੋਲਡ ਹੋ ਗਿਆ ਬੋਲਡ ਹੋ ਗਿਆ ਸ਼ੁਗਲ ਮੇਲਾ ਹੈਗਾ ਯਾਰ ਬਾਕੀ ਦੋਸਤੋ 11:00 ਦੀ ਅਪਡੇਟ ਕਰਾਣਾ ਚਾਹੀਦਾ ਮੱਥੇ ਦੇ ਆ ਪਾਪਾ ਕੁਛ ਹੁੰਦੇ ਨੇ ਜਿਹੜੇ ਭਰਾ ਹੁੰਦੇ ਨੇ ਐਸੇ ਵੀ ਕਿ ਬਾਜ਼ੀ ਲਾ ਕੇ ਬਾਅਦ ਚੋਂ ਹਰ ਕੇ ਤੇ ਕੰਧਾਂ 'ਚ ਟੱਕਰਾਂ ਦੇ ਹੱਥਾਂ 'ਚ ਮੁੱਕੇ ਮਾਰ ਕੇ ਇਹ ਕੀ ਗੱਲ ਹੈ? ਉਹ ਇਸ ਕਰਕੇ ਭਾਈ ਗੱਲ ਹੈ ਕਿ ਕਈਆਂ ਦਾ ਦਿਲ ਬਰਦਾਸ਼ਤ ਨਹੀਂ ਕਰਦਾ ਬਿਲਕੁਲ ਠੀਕ ਹੈ ਨਾ ਕੋਈ ਹੋਲੇ ਦਿਲ ਵਿੱਚ ਹੁੰਦੇ ਨੇ ਯਾਰ ਇਹ ਵੀ ਗੱਲ ਹੈ ਠੀਕ ਹੈ ਨਾ ਦਿਲ ਵੱਡਾ ਹੋਣਾ ਚਾਹੀਦਾ ਇਹ ਸ਼ੋਕ ਜਿਹੜਾ ਬੰਦਾ ਬਾਜ਼ੀ ਖੇਡ ਰਿਹਾ ਦਿਲ ਵੱਡਾ ਰਹਿ ਖੇਲੇ
ਬਾਜੀ ਸਿਰਫ ਬਾਜੀ ਵਾਲੇ ਤੱਕ ਹੁੰਦੀ ਹੈ। ਬਿਲਕੁਲ ਬਾਜੀ ਖੇਡੀ ਉਦੋਂ ਸਿਰਫ ਬਾਜੀ ਦੀ ਟੁਕੜਾ ਹੁੰਦੀ ਹੁੰਦੀ ਹੈ। ਬਿਲਕੁਲ ਬਿਲਕੁਲ ਜਦੋਂ ਬਾਜੀ ਖਤਮ ਰਾਤ ਨੂੰ ਹੋ ਜਾਏ ਅਗਲੇ ਦਿਨ ਫਿਰ ਉਹਨਾਂ ਦੇ ਨਾਲ ਹੀ ਬੈਠੋ ਉੱਠੋ ਤੁਹਾਡੀ ਸਾਥੇ ਯਾਰ ਸੱਜੇ ਨੇ ਅਗਰ ਉਹ ਬਾਜੀ ਨਾਲ ਫਿਰ ਇੱਕ ਦੂਜੇ ਨਾਲ ਬਾਜੀ ਲੱਗੇ ਹੀ ਨਾ ਠੀਕ ਹੋ ਗਿਆ। ਬਿਲਕੁਲ ਉਹ ਕਹਿੰਦੇ ਨਾ ਬੁਲਾਈ ਨਾ ਇਹਨੂੰ ਵੇਖੀ ਨਾ ਇਹਨੂੰ ਫੋਨ ਨਹੀਂ ਉਹ ਭਾਈ ਨਾਲ ਨਾ ਰਹੀ ਤੇ ਪਾਪਾ ਇੱਕ ਇਹ ਵੀ ਜਿਹੜੀ ਚੀਜ਼ ਹੈਗੀ ਹੈ ਕਿ ਸਾਡੀ ਛਾਤੇ ਅਗਰ ਉਸਤਾਦ ਅਲੀ ਮੁਨਸਬ ਆਏ ਨੇ ਤੁਹਾਡੀ ਛਾਤੇ ਪੰਜ ਮੁਨਸਬ ਹੋਰ ਆਉਣਾ ਚਾਹੁੰਦੇ ਤੇ ਮੇਰਾ ਲਵੀ ਹੈ ਹੋਰ ਆ ਜਾਣ ਹੈ ਉਹ ਆਪਣੇ ਮੁਕੱਦਰ ਖਾ ਕੇ ਜਾਣਗੇ ਸਾਡਾ ਕੀ ਲੈ ਜਾਣਾ ਜਿਹੜਾ ਮਰਜ਼ੀ ਆਈ ਸਾਨੂੰ ਵੱਟੇ ਮਾਰਨ ਡੇ ਉਹ ਬੜੇ ਪਿਆਰ ਵਾਲੇ ਬੰਦੇ ਜੇ ਬੜੇ ਪਿਆਰ ਵਾਲੇ ਬੰਦੇ ਜੇ ਬਾਪਾ ਬੜੇ ਪਿਆਰ ਵਾਲੇ ਭਾਈ ਜੀ ਨੇ ਗੱਲ ਕੀ ਹੈ ਕਿ ਜਿੰਨੇ ਮਰਜ਼ੀ ਆਣੀ ਯਾਰ ਕੋਈ ਗੱਲ ਨਹੀਂ ਕੁਛ ਭਰਾਵਾਂ ਦੇ ਕਮੈਂਟ ਆ ਰਹੇ ਸੀ ਕਿ ਤੁਹਾਡੀ ਛਾਤੇ ਇੱਕ ਮੁਨਸਬ ਆਉਂਦਾ ਭਾਈ ਜਾਨ ਮੇਰੀ ਛਾਤੀ ਦੋ ਤਿੰਨਾਂ ਨਾਲ ਲੱਗੀ ਤਾਂ ਹੋਰ ਮੈਂ ਕਿੱਥੋਂ ਲਿਆਵਾਂ ਅਗਰ ਕੋਈ ਭੇਜਣਾ ਚਾਹੇ ਮੈਂ ਕਹਿੰਦਾ ਤਿੰਨ ਤਿੰਨ ਇਕੱਠੇ ਭੇਜੇ ਨੋ ਅੱਛਾ ਤਿੰਨ ਤੇ ਤਿੰਨ ਨੋ ਤਿੰਨ ਛਤਾਂ ਦੇ ਤਿੰਨ ਤੇ ਨੋ ਮੈਂ ਮਾਸ਼ਾ ਠੀਕ ਹੈ ਅਗਰ ਸੱਤ ਸਾਡੀ ਇੱਥੇ ਭਰ ਜਾਏਗੀ ਤਾਂ ਥੱਲੇ ਲੈਣਾ ਹੈਗੀਆਂ ਦੋਸਤੋ ਇਹ ਲੈਣਾ ਦੀ ਬਹਿ ਸਕਦੇ ਨੇ ਬਾਅਦ ਚੋ ਓਵਰ ਟਾਈਮ ਲੈਣਾ ਦੀ ਵਾਮ ਬਹਿ ਸਕਦੀ ਬਾਕੀ ਦੋਸਤੋ ਹੁਣ ਤੱਕ ਦੀ ਅੱਜ ਬਗਾ ਤੁਹਾਡਾ ਕਿਹੜਾ ਕਬੂਤਰ ਹੈ ਕੀ ਕਹਿਣਾ ਚਾਹੋਗੇ ਮਾਮੂ ਵਾਲਾ ਹੈ ਮਾਮੂ ਵਾਲਾ ਤੁਹਾਡਾ ਕਬੂਤਰ ਮਾਮੂ ਵਾਲਾ ਤੇ ਉਹ ਰਿਆਨ ਦਾ ਤਿੰਨ ਮੋਹਰਾਂ ਵਾਲਾ ਤੇ ਮੈਨੂੰ ਐ ਊਂਠ ਦਰਾਹ ਦਰਾ ਊਂਠਾ ਤੂੰ ਤਾਂ ਦਰਾਹਾ ਹੈ ਊਂਠ ਤੇਰਾ ਕਿਹੜਾ ਸੀ ਤਿੰਨ ਮੋਹਰਾਂ ਵਾਲਾ ਪੱਕੀ ਗੱਲ ਹੈ ਪੱਕੀ ਗੱਲ ਠੱਪਾ ਲੱਗ ਗਿਆ ਹੈ ਅੱਛਾ ਜੀ ਊਂਠ ਓਏ ਚਿਪਕਾ ਬੰਦ ਹੋ ਗਈ ਫਿਰ ਬੰਦ ਹੋ ਗਈ ਉਹ ਇਨਸ਼ਾਅੱਲਾ ਇਨਸ਼ਾਅੱਲਾ ਜੀ ਸ਼ਾਮ ਨੂੰ ਇੱਥੇ ਬੈਠਾ ਹੋਇਆ ਕਿੰਨੇ ਬਈਏ ਕਿੰਨੇ ਬਈਏ ਯਾਰ ਕਿੰਨੇ ਨਹੀਂ ਤੇਰੇ ਕਹਿਣ ਦਾ ਮਤਲਬ ਸ਼ਾਮ ਨੂੰ ਬੈਠੇਗਾ ਵੇ ਲਈ ਜੇ ਨਾ ਬੈਠਾ ਤੇ ਫਿਰ ਮੈਂ ਤੈਨੂੰ ਫੜ ਲੈਣੇ ਮੇਰੀ ਜੁੱਤੀ ਲੋ ਆ ਗਈ ਸੁੱਟ ਦੇਣਾ ਸੀਵ ਤੇਰਾ ਊਂਠ ਤੇਰਾ ਤਿੰਨ ਮੋਹਰਾਂ ਦਾ ਹੁਣ ਤੁਹਾਡਾ ਪੈ ਗਿਆ ਮੁਕਾਬਲਾ ਤੁਹਾਡੇ ਦੋਵਾਂ ਚੋਂ ਜਿਹੜਾ ਜਿੱਤਿਆ ਮੇਰੇ ਵੱਲੋਂ 500 ਰੁਪਇਆ ਇੱਕ ਸਿੰਗਲ ਟੈਸ ਸ਼ਵਾਰਮਾ ਤੇ ਨਾਲ ਹਾਫ ਲੀਟਰ ਕੋਕ ਕੀ ਬਾਤ ਹੈ ਲੱਜ ਕੇ ਖਾਵਾਂਗੇ ਹੈ ਤਾਂ ਫਿਰ ਦੁਆ ਕਰ ਹੁਣ ਠੀਕ ਹੈ ਦੁਆ ਕਰੇਗਾ ਪੱਕੀ ਗੱਲ ਹੈ ਪੱਕੀ ਗੱਲ ਹੈ ਨਾ ਚਲੋ ਜੀ ਬਾਕੀ ਵੀਡੀਓ ਨੂੰ ਲਾਈਕ ਸ਼ੇਅਰ ਐਂਡ ਤੂੰ ਕਰ ਜਰਾ ਲਾਈਕ ਸ਼ੇਅਰ ਦਾ ਉਹਨੇ ਕਿਹਾ ਅਗਰ ਕਬੂਤਰ ਸ਼ਾਮ ਨੂੰ ਤੁਹਾਡਾ ਤਿੰਨ ਮੋਹਰਾਂ ਨਾ ਬੈਠੇ ਤੇ ਮੈਨੂੰ ਜੁੱਤੀ ਲਵਾ ਕੇ ਥੱਲੇ ਸੁੱਟ ਦੇਣਾ ਫੋਨ ਲੋ ਦੀ ਹਾਂਜੀ ਕੀ ਕਿਹਾ ਜੀ ਉਹਨੇ ਕਿਹਾ ਇੱਥੇ ਨਾ ਨਜ਼ਰ ਆਵੇ ਸ਼ਾਮ ਨੂੰ ਕਿੰਨੇ ਵੀ ਬੇਗਾ ਰੰਗ ਮੇਰਾ ਵੀ ਸੜ ਗਿਆ ਚਲੋ ਕੋਈ ਨੀ ਉਹ ਜਾਵਾਂਗੇ ਨਾ ਕੋਈ ਕਰੀਮ ਸਰੀਮ ਦੋਸਤਾਂ ਨੂੰ ਕਹਿੰਦੇ ਬਾਹਰੋਂ ਅੱਛਾ ਅਫੀਸ਼ੀਅਲ ਭੇਜ ਦੋ ਸਾਨੂੰ ਯਾਰ ਜਿਹੜੇ ਭਰਾ ਸਾਡੇ ਬਾਹਰ ਹੈਗੇ ਨੇ ਅੱਛਾ ਅਫੀਸ਼ੀਅਲ ਭੇਜ ਦੋ ਬਾਹਰ ਰੱਬੀ ਵੱਲ ਆ ਗਈ ਜਰਾ ਮੂੰਹ ਛੂ ਚਿੱਟਾ ਕਰ ਲਈਏ ਤੇਰਾ ਤੇ ਹੋ ਜਾਏਗਾ ਤੇ ਮੇਰਾ ਜਿਹੜਾ ਜੈਨੂਇਨ ਕਲਰ ਹੀ ਹੈ ਜੀ ਨਹੀਂ ਉਹ ਤਾਂ ਤੁਹਾਡੇ ਵੀ ਕਰੀਮਾਂ ਬਾਹਰੋਂ ਆਉਣੀਆਂ ਬੜੇ ਤੁਹਾਡੇ ਬੜੇ ਸਬਸਕ੍ਰਾਈਬਰ ਜੀ ਇਹਦੇ ਤੇ ਕਾਸਟਰ ਸੋਡਾ ਹੀ ਮਾਰਨਾ ਪੈਣਾ ਕਿਹੜਾ ਤੁਹਾਨੂੰ ਫੈਰਾਂ ਲਵਲੀ ਦੇਗ ਪਕਾ ਦਾ ਡੁੱਬੀਆਂ ਲਵਾਓ ਬਾਕੀ ਹੁਣ ਪਾਪਾ ਲਾਈਕ ਸ਼ੇਅਰ ਕਰੋ ਇਨਸ਼ਾਅੱਲਾ ਮਿਲਨੇ ਮੈਂ ਜਾ ਕੇ ਯਾਰਾਂ ਵੀ ਅਪਡੇਟ ਦਾ ਹਾਏ ਤਾਂ ਕੋਈ ਨਹੀਂ ਬੈਠਾ ਮੇਲਾ ਪਿਆਰ ਤੁਹਾਡੇ ਵਾਸਤੇ ਵੇ ਉਹ ਸਾਡੇ ਕੋਲ ਸੜੀਆਂ ਸੜੀਆਂ ਨਹੀਂ ਕੀਤੀਆਂ ਜਾਂਦੀਆਂ ਹਾਜ਼ੇ ਖੇਡਦੇ ਚਲੋ ਵਿੱਚ ਜਿੱਥੇ ਜਿੱਥੇ ਗੱਲ ਬੋਰਿੰਗ ਦੀ ਚਲੀ ਜਾਂਦੀ ਅਸੀਂ ਉਹ ਦੂਜੇ ਪਾਸੇ ਮੋੜ ਕੇ ਲੈ ਜਾਂਦੇ ਹਾਂ ਕਦੀ ਗੜੀ ਛੋ ਤੇ ਕਦੀ ਇੱਧਰ ਨੂੰ ਤੇ ਕਦੀ ਇੱਧਰ ਨੂੰ ਤੇ ਕਦੀ ਇੱਧਰ ਨੂੰ ਤੇ ਭਾਈ ਜੀ ਨੇ ਇਸੇ ਤਰ੍ਹਾਂ ਫਿਰ ਤੁਹਾਡੇ ਨਾਲ ਪਿਆਰ ਤੁਹਾਨੂੰ ਮਿਲਨੇ ਆ ਨੈਕਸਟ ਵੀਡੀਓ 'ਚ ਆਪਣਾ ਪਿਆਰ ਦਿਓ ਇਨਸ਼ਾਅੱਲਾ ਖੈਰ ਕਰੀਨ ਅਗਲੀ ਵੀਡੀਓ ਆਉਣ ਦਿਓ ਇਨਸ਼ਾਅੱਲਾ ਓਕੇ ਜੀ ਅੱਲਾ ਹਾਫਿਜ਼।